पाकिस्तान की ड्रामा इंडस्ट्री बहुत ज़्यादा ग्रो करती है। मैं हमेशा हर वीडियो च कहना कि यार फिल्म इंडस्ट्री ते भी काम कराया करो, पर मैं लगता नहीं मेरी सुनी है, पर कह लो कि सुन ली। चलो एनीवेज, कोविड करके जिहड़ा डाउन बड़ा काम होया वैसे तुहाडे पाकिस्तान च, हुण फिल्मां आउणियां शुरू हो गई हैं। 3-4 आपां ट्रेलर ऑलरेडी रिएक्शन बना चुके हैं। एक फिल्म है शॉर्टकट, ठीक है, ट्रेलर हैगा गुहार, रशीद, जगन, कजीम, नसीम विकी। नसीम विकी तुसीं इंडिया दे विच वी उन्होंने देखा होना कपिल शर्मा दे शो दे विच, द कपिल शर्मा शो, ते वधिया एक्टिंग करदे आ, वधिया काम करदे आ। देखदे आ कि इस फिल्म दा ट्रेलर किदां दा होण वाला है। सो लेट्स वॉच इट आउट। ਕਿੱਥੇ ਤੈਨੂੰ ਨਹੀਂ ਲੱਭਿਆ? ਪਾਗਲਖਾਨੇ ਲੱਭਿਆ, ਮੰਜੀ ਦੇ ਥੱਲੇ ਵੀ ਲੱਭਿਆ। ਮੈਂ ਤੇਰਾ ਲਾਵਾ ਕਿ ਮੈਂ ਤੇਰੀ ਬਿੱਲੀ ਆ। ਜਿਹੜੇ ਬੰਦੇ ਆਪਣੀ ਮੁਰੇਤ ਨੂੰ ਯਾਦ ਕਰਦੇ ਨੇ ਨਾ, ਵੱਡੇ ਹੋ ਕੇ ਰਨ ਮਰੀਦ ਹੀ ਬਣਦੇ। ਸ਼ਾਰਟਕਟ ਲੋਕੀ ਲੱਭਦੇ ਨੇ, ਸ਼ਾਰਟਕਟ ਮਾਰੀ ਜਾ, ਮਾਰੀ ਜਾ ਤੂੰ ਸ਼ਾਰਟਕਟ। ਓ ਮਾਮਾ ਲੰਬੀਆਂ ਨਲਾ ਸਾਰਾ ਸ਼ਾਰਟਕਟ ਕਿਸੇ ਨੂੰ। ਸਾਡੇ ਭਰਾ ਆਪਣੀ ਭੈਣਾਂ ਦੀ ਗੱਲਾਂ ਆਪਣੇ ਦੋਸਤਾਂ ਨਾਲ ਨਹੀਂ ਕਰਦੇ। ਉਹਨੇ ਫਿਰ ਕਰ ਦਿੱਤੀਆਂ ਕਰ ਦਿੱਤੀਆਂ। ਮੈਂ ਸਲਮਾਨ ਨਾਲ ਵਿਆਹ ਕਰਨਾ ਚਾਹੁੰਦਾ, ਪਰ ਉਹ ਮੇਰੇ ਨਾਲ ਨਹੀਂ ਕਰਨਾ ਚਾਹੁੰਦੀ। ਤੇਰਾ ਕੀ ਮਤਲਬ ਹੈ? ਤੇਰਾ ਪਿਓ ਜਾ ਕੇ ਉਹਦੇ ਨਾਲ ਸੈਟਿੰਗ ਚਲਾਵੇ ਤੇਰੀ? ਤੁਸੀਂ ਮੇਰੀ ਟਰਾਈ ਲੈ ਸਕਦੇ ਹੋ? ਵੱਡਾ ਤੂੰ ਵੈਸਪਾ, ਵੈਸਪਾ ਤੁਹਾਡੇ ਵੀ ਚੱਲਦਾ ਵੈਸਪਾ ਉਧਰ? ਟਕੇ ਟਕੇ ਦੇ ਬੰਦੇ ਹੁਣ ਜੀ ਕੇ ਘੰਡੇਰੀ ਨੂੰ ਹਫਤਾ ਦੇਣ ਤੋਂ ਇਨਕਾਰ ਕਰਨਗੇ? ਇਹ ਸਾਰਾ ਤੁਹਾਡੀ ਨਰਮੀ ਦੀ ਵਜ੍ਹਾ ਤੋਂ ਹੋਇਆ ਜੇ ਭਾਈ, ਤੁਸੀਂ ਸੋਨਾ ਪਾ ਕੇ ਤੇ ਬੱਪੀ ਲਹਿਰੀ ਬਣ ਗਏ ਜੇ। ਦੇਖ ਕੋਈ ਦੇਖ ਲੇਗਾ, ਅੱਛਾ ਹੈ ਨਾ, ਸਿੱਖ ਲਏਗਾ। ਲੱਭਣਾ ਨੀ ਤੈਨੂੰ ਕੋਈ ਸਾਡੇ ਵਰਗਾ, ਤੇਰੀ ਸਹੇਲੀਆਂ ਚ ਐਵੇਂ ਤੇ ਨੀ ਸਾਡਾ ਚਰਚਾ। ਉੱਤ ਜਾਣਦੀ ਐ ਕਿੰਨਾ ਤੇਰਾ ਕਰਮ ਐ, ਅੱਗੇ ਮਾਰਨੇ ਨੇ ਲੱਕ ਜਿੱਤ ਛੱਡ ਗਈ। ਉੱਤ ਜਾਣਦੀ ਐ ਕਿੰਨਾ ਤੇਰਾ ਕਰਮ ਐ, ਅੱਗੇ ਮਾਰਨੇ ਨੇ ਲੱਕ ਜਿੱਤ ਛੱਡ ਗਈ। ਬੰਦਾ ਐਦਾਂ ਮੂੰਹ ਫੜ ਕੇ ਨਾ ਧਰਮ ਗਰਮ ਕਰਦਾ, ਬਲਕਿ ਗੋਡਿਆਂ ਚ ਲੈ ਕੇ ਗਰਮ ਕਰ ਦੇ। ਬੰਦਾ ਤੁਹਾਡੇ ਮੂੰਹ ਨੂੰ ਪਾਣੀ ਲਾ ਕੇ ਪਹਿਲੇ ਨਰਮ ਕਰੇ, ਫਿਰ ਮੂੰਹ ਨਾ ਮੂੰਹ ਲਾ ਕੇ ਉਹਨੂੰ ਬੇਸ਼ਰਮ ਕਰੇ। ਜੋ ਜੇ ਤੇਰਾ ਮੂੰਹ ਹੈ ਨਾ, ਤੇਰੀ ਕੋਈ ਦੂਜੀ ਵਾਰੀ ਰੋਟੀ ਨਾ ਪੁੱਛੇ। ਮੈਂ ਦੂਜੀ ਵਾਰੀ ਮੰਗਦਾ ਵੀ ਨਹੀਂ। ਹੈਲੋ, ਆ ਕਿਹੜੀ ਜਗ੍ਹਾ? ਪਰਾਮਰ ਲਾਹੌਰੀ ਹੈ, ਲਾਹੌਰੀ ਹੈ, ਠੀਕ ਹੈ। ਮੂੰਹ ਤੇ ਖਿੱਚ ਕੇ ਚੰਨ ਲਾਣੀ ਆ। ਆਪਾਂ ਐਸਾ ਮਿਲੀਏ ਕਿ ਫਿਰ ਕਿਸੇ ਨੂੰ ਮਿਲਣ ਜੋਗੇ ਨਾ ਰਹੀਏ। SHO ਐਂ ਲਿਖਿਆ, SHO। ਚਲੋ ਐਨੀਵੇਜ਼, ਫਿਲਮ ਬਾਏ ਅੱਬੂ ਅਲੀਹਾ। ਸੋ ਇਹ ਸੀਗਾ ਗਾਈਜ਼ ਇੱਕ ਟ੍ਰੇਲਰ। ਟ੍ਰੇਲਰ ਤੁਹਾਨੂੰ ਕਿੱਦਾਂ ਲੱਗਾ ਨੀਚੇ ਕਮੈਂਟ ਕਰਕੇ ਦੱਸਿਓ, ਮੈਨੂੰ ਕਿੱਦਾਂ ਲੱਗਾ ਉਹ ਤੁਹਾਨੂੰ ਮੈਂ ਦੱਸਣ ਲੱਗਾ ਹੁਣੇ। ਐਕਚੁਲੀ ਗੱਲ ਇੱਦਾਂ ਕਿ ਟ੍ਰੇਲਰਸ ਆਪਾਂ ਬਹੁਤ ਦੇਖਦੇ ਹਾਂ ਅੱਜ ਕੱਲ੍ਹ, ਕੰਪੀਟੀਸ਼ਨ ਬਹੁਤ ਆ, ਠੀਕ ਹੈ। ਆਪਾਂ ਜੈਨੂਅਨ ਜਿਹੜਾ ਰਿਵਿਊ ਕਰਾਂਗੇ, ਇਹਦੇ 'ਚ ਇਹ ਨਹੀਂ ਹੈ ਕਿ ਇਹ ਪਾਕਿਸਤਾਨ ਤੋਂ ਆ, ਅਤੇ ਜਿਵੇਂ ਤੁਹਾਨੂੰ ਪਤਾ ਸਾਰੀਆਂ ਵੀਡੀਓਜ਼ ਆਪਣੀਆਂ ਪਾਕਿਸਤਾਨ ਤੋਂ ਹੁੰਦੀਆਂ ਮੋਸਟਲੀ, ਅਤੇ ਮੈਂ ਇੱਦਾਂ ਕਿ ਜਮਾਨੇ ਨਹੀਂ, ਬਹੁਤ ਅੱਛਾ, ਬਹੁਤ ਅੱਛਾ ਅੱਛਾ ਹੈ ਟ੍ਰੇਲਰ, ਨੋ ਡਾਊਟ ਅੱਛਾ ਹੈ, ਪਰ ਕੁਝ ਕਮੀਆਂ ਵੀ ਹੈ ਟ੍ਰੇਲਰਸ ਦੇ ਵਿੱਚ, ਠੀਕ ਹੈ। ਫਿਲਮ ਦੇ ਵਿੱਚ, ਫਿਲਮ ਤਾਂ ਜਦੋਂ ਆਏਗੀ ਉਦੋਂ ਪਤਾ ਲੱਗੇਗਾ, ਪਰ ਅੱਜ ਕੱਲ੍ਹ ਸਿਸਟਮ ਪਤਾ ਕੀ ਹੁੰਦਾ, ਅੱਜ ਕੱਲ੍ਹ ਜਦੋਂ ਟ੍ਰੇਲਰਸ ਆਉਂਦੇ ਆ ਨਾ, ਤਾਂ ਉਹ ਟ੍ਰੇਲਰਸ ਇੱਦਾਂ ਦੇ ਹੁੰਦੇ ਆ ਕਿ ਤੁਸੀਂ ਦੇਖ ਕੇ ਹੱਕੇ ਬੱਕੇ ਰਹਿ ਜਾਂਦੇ ਹੋ। ਇਹਦੇ ਵਿੱਚ ਮੈਨੂੰ ਸਭ ਤੋਂ ਜਿਹੜੀ ਮੇਨ ਜਿਹੜੀ ਇੱਕ ਕਮੀ ਲੱਗੀ, ਉਹ ਮੈਨੂੰ ਮਿਊਜ਼ਿਕ ਦੀ ਲੱਗੀ। ਮਿਊਜ਼ਿਕ ਬਿਲਕੁਲ ਵੀ ਸਿੰਕਰੋਨਾਈਜ਼ ਨਹੀਂ ਹੈ ਨੀਗਾ ਟ੍ਰੇਲਰ ਦੇ ਨਾਲ, ਉਹ ਮੈਨੂੰ ਸਭ ਤੋਂ ਵੱਡੀ ਕਮੀ ਲੱਗੀ। ਬਾਕੀ ਸਟੋਰੀ ਹੈ ਜਾਂ ਨਸੀਮ ਵਿੱਕੀ ਇਹਨਾਂ ਦੀ ਜਿਹੜੀ ਐਕਟਿੰਗ ਹੈ, ਉਹ ਆਈ ਥਿੰਕ ਪਰਫੈਕਟ ਹੈ, ਉਹ ਸਹੀ ਚੱਲ ਰਹੀ ਹੈ, ਪਰ ਉਹਨੂੰ ਜਿਹੜਾ ਪ੍ਰਜੈਂਟ ਕਰਨ ਦਾ ਤਰੀਕਾ ਰਿਹਾ ਨਾ ਟ੍ਰੇਲਰ ਦਾ, ਉਹ ਨਹੀਂ ਮੈਨੂੰ ਵਧੀਆ ਲੱਗਾ। ਹੋ ਸਕਦਾ ਫਿਲਮ ਅੱਛੀ ਹੋਵੇ, ਕਿਉਂਕਿ ਫਿਲਮ ਦੀ ਐਡੀਟਿੰਗ ਵੱਖਰੀ ਹੈ, ਟ੍ਰੇਲਰ ਜਿਹੜਾ ਐਡਿਟ ਵੱਖਰਾ ਹੁੰਦਾ, ਵੱਖਰੀਆਂ ਟੀਮਸ ਕਰਦੀਆਂ ਜਾਂ ਜੋ ਵੀ ਹੈ, ਪਰ ਜਿਹੜੀ ਸਟੋਰੀ ਹੈ, ਸਟੋਰੀ ਇਹਦੇ ਵਿੱਚ, ਸਟੋਰੀ ਦੇ ਵਿੱਚ ਜਿਹੜੀਆਂ ਜੁਗਤਾਂ ਚੱਲ ਰਹੀਆਂ ਹਨ, ਉਹ ਤੁਹਾਨੂੰ ਪਤਾ ਪਾਕਿਸਤਾਨ ਦੀ ਫਿਲਮਾਂ ਦੇ ਵਿੱਚ ਜੁਗਤਾਂ ਹੋਣਗੀਆਂ ਹੀ। ਇਹ ਜਿੰਨੇ ਵੀ ਕਲਾਕਾਰ ਆਪਾਂ ਵਿੱਚ ਦੇਖ ਰਹੇ ਹਾਂ, ਸਾਰੇ ਇਸ ਸਟੇਜ ਡਰਾਮਾ ਆਰਟਿਸਟ ਆ, ਅਤੇ ਸਟੇਜ ਡਰਾਮਾ ਆਰਟਿਸਟ ਦੀ ਜਿਹੜੀ ਐਕਟਿੰਗ ਹੈ, ਉਹ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ, ਇੱਕ ਫਿਲਮੀ ਐਕਟਿੰਗ ਜਿਹੜੀ ਹੁੰਦੀ ਹੈ ਉਹ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ। ਪਰ ਇਹ ਮੇਰੇ ਖਿਆਲ ਪਹਿਲੀ ਵਾਰੀ ਸ਼ਾਇਦ ਫਿਲਮ ਬਣਾ ਰਹੇ ਆ, ਜਾਂ ਪਹਿਲਾਂ ਵੀ ਆਈਆਂ ਹੋਣੀਆਂ, ਪਰ ਇਸ ਲੈਵਲ ਤੱਕ ਆਈ ਥਿੰਕ ਪਹਿਲੀ ਵਾਰੀ ਆ ਰਹੀ ਹੈ, ਅਤੇ ਉਹਦੇ ਵਿੱਚ ਕਾਫੀ ਜਿਹੜਾ ਮਤਲਬ ਕਿ ਉਹਨੂੰ ਤਰਾਸ਼ਣ ਦੀ ਲੋੜ ਆ ਹਜੇ ਮੇਰੇ ਖਿਆਲ, ਜਿੱਥੋਂ ਤੱਕ ਮੈਨੂੰ ਲੱਗਦਾ। ਪਰ ਬੰਦੇ ਸਾਰੇ ਬਹੁਤ ਵਧੀਆ, ਸਾਰਿਆਂ ਦੇ ਯੂਟਿਊਬ ਚੈਨਲਸ ਆ, ਸਾਰੇ ਵਧੀਆ ਕੰਮ ਕਰਦੇ ਆ, ਅਤੇ
ਪਰ ਬਾਕੀ ਫਿਲਮ ਆਉਣ 'ਤੇ ਗੱਲ ਯਾਰ ਟ੍ਰੇਲਰ ਦੀ ਗੱਲ ਕਰਾਂ ਤਾਂ ਮੈਨੂੰ ਟ੍ਰੇਲਰ ਵੇਖ ਕੇ ਥੋੜ੍ਹਾ ਜਿਹਾ ਵਿੱਚੋਂ ਵਿੱਚੋਂ ਜਿਹੜੀਆਂ ਕਮੀਆਂ ਲੱਗੀਆਂ ਸਟੋਰੀ ਤਾਂ ਅੱਛੀ ਹੈ ਸਟੋਰੀ ਵਧੀਆ ਚੱਲ ਸਕਦੀ ਹੈ ਫਨੀ ਵੀ ਹੈ ਨਸੀਮ ਵਿੱਕੀ ਦੇ ਡਾਇਲੋਗਸ ਫਨੀ ਹੈ ਅਤੇ ਬਾਕੀ ਅੱਗੇ ਦੇਖੋ ਕੀ ਬਣਦਾ ਕਿ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਸੈਟਅਪ ਡਿਜ਼ਾਈਨ ਕੀਤੇ ਆ ਜਾਂ ਕਸਟਮ ਡਿਜ਼ਾਈਨਸ ਆ ਇਹਨਾਂ ਦੇ ਸਭ ਕੁਝ ਠੀਕ ਹੈ ਵਧੀਆ ਚੱਲ ਰਿਹਾ ਇੱਕ ਵਧੀਆ ਬਜਟ ਦੀ ਫਿਲਮ ਲੱਗ ਰਹੀ ਹੈ ਬਸ ਮੈਨੂੰ ਟ੍ਰੇਲਰ ਨਹੀਂ ਪਸੰਦ ਆਇਆ ਟ੍ਰੇਲਰ ਦੀ ਐਡੀਟਿੰਗ ਨਹੀਂ ਪਸੰਦ ਆਈ ਬਸ ਇਹ ਗੱਲ ਆ ਠੀਕ ਹੈ ਹੁਣ ਉਹ ਦੇਖੋ ਵੀ ਕਿੰਨਾ ਨੇ ਐਡਿਟ ਕੀਤੀ ਹੈ ਜਾਂ ਕਿੰਨਾ ਦੀ ਫਾਈਨਲ ਆਊਟਪੁੱਟ ਕੱਢੀ ਹੈ ਪਰ ਮੇਰੇ ਪਸੰਦ ਆਉਣ ਜਾਂ ਨਾ ਆਉਣ ਦਾ ਕੋਈ ਮਤਲਬ ਨਹੀਂ ਹੈ ਮੈਂ ਜਸਟ ਆਪਦੀ ਇੱਕ ਓਪੀਨੀਅਨ ਦੇ ਰਿਹਾ ਬਿਕੋਜ਼ ਬਹੁਤ ਸਾਰੀਆਂ ਇੱਦਾਂ ਦੀਆਂ ਫਿਲਮਾਂ ਬਹੁਤ ਸਾਰੇ ਇੱਦਾਂ ਦੇ ਟ੍ਰੇਲਰਸ ਆ ਜਿਹੜੇ ਕਈ ਵਾਰੀ ਕੀ ਹੁੰਦਾ ਕਿ ਟ੍ਰੇਲਰ ਓਨਾ ਅਟੈਂਸ਼ਨ ਗ੍ਰੈਬ ਨਹੀਂ ਕਰਦੇ ਜਿੰਨੀ ਫਿਲਮ ਹਿੱਟ ਹੋ ਜਾਂਦੀ ਹੈ ਫਿਲਮ ਬਲੋਕਬਸਟਰ ਹਿੱਟ ਹੋ ਜਾਂਦੀ ਹੈ ਕਈ ਵਾਰੀ ਫਿਲਮਾਂ ਇੱਦਾਂ ਦੀਆਂ ਵੀ ਹੁੰਦੀਆਂ ਕਿ ਪਹਿਲੇ ਦੋ ਮਤਲਬ ਕਿ ਸਾਲ ਕੁ ਤਾਂ ਉਹ ਚੱਲਦੀ ਨਹੀਂ ਠੀਕ ਹੈ ਉਸ ਤੋਂ ਬਾਅਦ ਉਹ ਟੀ ਵੀ 'ਤੇ ਬਹੁਤ ਚੱਲਦੀ ਹੈ ਮਤਲਬ ਥੀਏਟਰ ਵਿੱਚ ਉਹ ਹਿੱਟ ਨਹੀਂ ਹੁੰਦੀ ਪਰ ਟੀ ਵੀ 'ਤੇ ਬਹੁਤ ਚੱਲਦੀ ਹੈ ਕਈ ਇੱਦਾਂ ਦੀਆਂ ਵੀ ਫਿਲਮਾਂ ਹੁੰਦੀਆਂ ਸੋ ਇਹ ਜਿਹੜੀ ਇੰਡਸਟਰੀ ਹੈ ਨਾ ਇਹਦੇ ਵਿੱਚ ਕੁਛ ਵੀ ਹੋ ਸਕਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਆਡੀਅੰਸ ਨੂੰ ਕਿਹੜੀ ਚੀਜ਼ ਪਸੰਦ ਆਉਣ ਵਾਲੀ ਹੈ ਕਿਹੜੀ ਨਹੀਂ ਪਸੰਦ ਆਉਣ ਵਾਲੀ ਸੋ ਮੈਂ ਤੁਹਾਨੂੰ ਜਿਹੜੇ ਪਲੱਸ ਪੁਆਇੰਟ ਆ ਉਹ ਵੀ ਦੱਸਦੇ ਆ ਅਤੇ ਜਿਹੜੀ ਚੀਜ਼ ਮੈਨੂੰ ਨਹੀਂ ਵਧੀਆ ਲੱਗੀ ਮੈਂ ਉਹ ਵੀ ਦੱਸਦੀ ਹੈ ਬਟ ਬਾਕੀ ਇਹਨਾਂ ਦੀ ਪਹਿਲੀ ਫਿਲਮ ਆ ਦੇਖਦੇ ਹਾਂ ਕਿ ਕਿੰਨਾ ਮੈਨੂੰ ਜਿੱਥੇ ਤੱਕ ਪਤਾ ਇਹ ਆਰਟਿਸਟ ਆ ਜਿਹੜੇ ਸਾਰੇ ਇਕੱਠੇ ਆ ਰਹੇ ਕਿ ਪਹਿਲੀ ਫਿਲਮ ਦੇ ਵਿੱਚ ਇੱਕ ਕੋਂਬੋ ਪੈਕ ਬਣ ਕੇ ਆ ਰਿਹਾ ਅਤੇ ਹਾਸੇ ਦੇ ਨਾਲ ਨਾਲ ਇਮੋਸ਼ਨਲ ਡਰਾਮਾ ਵੀ ਹੋਣ ਵਾਲਾ ਹੁਣ ਲਾਸਟ ਦਾ ਜਿਹੜਾ ਮਿਊਜ਼ਿਕ ਸੀਗਾ ਬੀਟ ਚੱਲ ਰਹੀ ਹੈ ਠੀਕ ਹੈ ਨਾਲ ਇੱਕ ਟਿਊਨ ਲਗਾਈ ਹੋਈ ਹੈ ਸੈਡ ਅਤੇ ਪਿੱਛੇ ਜਿਹੜੇ ਜੋ ਟ੍ਰੇਲਰ ਦੇ ਵਿੱਚ ਸੀਨਸ ਆ ਰਿਹਾ ਉਹ ਆ ਰਿਹਾ ਇਮੋਸ਼ਨਲ ਮਤਲਬ ਉਹ ਚੀਜ਼ ਮੈਨੂੰ ਸਿੰਕ ਨਹੀਂ ਲੱਗੀ ਯਾਰ ਕਿਤੇ ਵੀ ਬੜਾ ਔਡ ਜਿਹਾ ਲੱਗਾ ਦੇਖਣ 'ਚ ਵੀ ਐਂ ਲੱਗ ਰਿਹਾ ਜਿੱਦਾਂ ਨਾ ਕਿਸੇ ਪ੍ਰੋਫੈਸ਼ਨਲ ਦਾ ਕੰਮ ਨਹੀਂ ਗਾ ਇਹ ਟ੍ਰੇਲਰ ਜਿਹਨੇ ਐਡਿਟ ਕੀਤਾ ਪਰ ਆਈ ਡੋਂਟ ਨੋ ਇੱਦਾਂ ਕਿਉਂ ਲੱਗਾ ਪਰ ਮੈਨੂੰ ਲੱਗਾ ਠੀਕ ਹੈ ਸੋ ਬਾਕੀ ਫਿਲਮ ਹੋ ਸਕਦਾ ਬਹੁਤ ਅੱਛੀ ਹੋਵੇ ਬਹੁਤ ਘੈਂਟ ਹੋਵੇ ਤੁਹਾਨੂੰ ਕਿੱਦਾਂ ਲੱਗਿਆ ਮੈਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ ਜਾਣ ਤੋਂ ਪਹਿਲਾਂ ਆਪਦੀ ਰਾਏ ਪੱਕਾ ਦੇ ਕੇ ਜਾਇਓ ਕਿ ਤੁਹਾਨੂੰ ਕਿੱਦਾਂ ਲੱਗਿਆ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਸਤਿ ਸ਼੍ਰੀ ਅਕਾਲ